ਅੱਲਾਹ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ। ਤੁਸੀਂ ਵੇਖ ਰਹੇ ਜੀ ਓਕਾੜਾ ਐਨੀਮਲ ਟੀਵੀ ਅਤੇ ਮੈਂ ਤੁਹਾਡਾ ਦੋਸਤ ਰਾਏ ਸਾਕਬ ਅਲੀ ਜੀ। ਇਸ ਤਰ੍ਹਾਂ ਕਿ ਓਕਾੜਾ ਐਨੀਮਲ ਟੀਵੀ ਦੀ ਟੀਮ ਕੋਸ਼ਿਸ਼ ਕਰਦੀ ਤੁਹਾਡੇ ਲਈ ਮੁਨਾਸਬ ਔਰ ਮਕੂਲ ਰੇਟ 'ਤੇ ਲੈ ਕੇ ਜਾਨਵਰ ਹਾਜ਼ਰ ਹੁੰਦੀ ਹੈ। ਜਨਾਬ, ਅਸੀਂ ਅੱਜ ਤਹਿਸੀਲ ਵਾ ਜ਼ਿਲ੍ਹਾ ਓਕਾੜਾ ਦੇ ਅੱਡਾ ਗੈਂਬਰ ਅਵਾਨ ਸਾਹਿਬ ਕੋਲ ਪਹੁੰਚੇ ਹਾਂ, ਸ਼ਬਾਦ ਅਵਾਨ ਕੋਲ। ਉਹਨਾਂ ਕੋਲ ਬੜੀ ਨਾਮੀਨੇਟ ਮੱਝ ਜੀ ਝੋਟੀ, ਅਤੇ ਉਹਨਾਂ ਦੇ ਬਕੌਲ ਮੂੰਹੋਂ ਕਹਿਣਾ ਕਿ ਮੇਰੀ ਮੱਝ ਕੋਲ 20 ਲੀਟਰ ਦੁੱਧ ਹੈ। ਅਤੇ ਅਸੀਂ ਇਹ ਮੁਤਾਲਬਾ ਕੀਤਾ ਕਿ ਵੀ ਅਸੀਂ ਨਹੀਂ ਇਹ ਮੰਨਦੇ ਗੱਲ ਵੀ 20 ਲੀਟਰ ਮੱਝ ਕੋਲ ਦੁੱਧ ਹੋਵੇ। ਉਹਨਾਂ ਨੇ ਕਿਹਾ ਜੀ ਸਾਡੀ ਮੱਝ 20 ਲੀਟਰ ਦੁੱਧ ਦਿੰਦੀ ਹੈ। ਮੈਂ ਕਿਹਾ ਜੀ ਅਗਰ ਤੁਹਾਡੀ ਮੱਝ 20 ਲੀਟਰ ਦੁੱਧ ਦਿੰਦੀ ਤਾਂ ਇਨਸ਼ਾਅੱਲਾ ਤਾਲਾ ਜੋ ਤੁਹਾਡੀ ਡਿਮਾਂਡ ਹੋਏਗੀ ਉਹੀ ਤੁਹਾਨੂੰ ਮਿਲੇਗੀ, ਅਸੀਂ ਨੈੱਟ 'ਤੇ ਚੜਾਵਾਂਗੇ। ਅਗਰ ਮੇਰਾ ਕੋਈ ਭਰਾ ਸ਼ਕੀਨ ਹੋਏਗਾ ਉਹ ਇਹਨਾਂ ਨਾਲ ਖੁਦ ਹੀ ਰਾਬਤਾ ਕਰੇਗਾ, ਇਹਦੀ ਜਿਹੜੀ ਨਾ ਓਪਨ ਨਹੀਂ ਅਸੀਂ ਕਰਾਂਗੇ। ਬਕਾਇਆ ਇਹਨਾਂ ਦਾ ਨੰਬਰ ਆ ਜਾਏਗਾ, ਤੁਸੀਂ ਇਹਨਾਂ ਨਾਲ ਕਰਨਾ। ਜਿਹੜੇ ਸ਼ਕੀਨ ਮੇਰੇ ਭਰਾ ਨੇ ਅਗਰ 20 ਲੀਟਰ ਦੁੱਧ ਦਿੰਦੀ ਤਾਂ ਮਾਸ਼ਾਅੱਲਾ ਸੁਬਾਨ ਲਾਈਏ। ਗਾਵਾਂ ਦਾ ਮੰਨ ਲੈਂਦੇ ਹਾਂ 20 ਲੀਟਰ ਦਿੰਦੀਆਂ ਨੇ, ਅਤੇ ਮੱਝਾਂ ਜਿਹੜੀਆਂ ਨੇ 20 ਲੀਟਰ ਨਹੀਂ, ਜਿਹੜੀ 14-15 ਲੀਟਰ ਦਿੰਦੀ ਉਹ ਹੀ ਮੰਨੀ ਜਾਂਦੀ ਹੈ। ਭਾਈ ਸ਼ਬਾਦ ਹੁਣਾਂ ਦਾ ਨੰਬਰ ਵੀ ਦਿਆਂਗੇ ਤਾਂ ਤੁਹਾਨੂੰ ਮੈਂ ਜਾਨਵਰ ਵੀ ਵਹਾ ਦਿੰਦਾ। ਮਾਸ਼ਾਅੱਲਾ ਝੋਟੀ ਹੈ ਜਨਾਬੇ ਵਾਲੀ ਇਹਨਾਂ ਦੀ, ਬੜੇ ਸ਼ੌਂਕ ਨਾਲ ਇਹਨਾਂ ਨੇ ਜਨਾਬ ਸਾਂਭੀ ਹੋਈ ਹੈ। ਅਤੇ ਇਹ ਵੇਖ ਲਓ ਪੂਰੀ ਮਸ਼ਕ ਹੀ ਹੈ ਜੀ, ਜਿਹਨੂੰ ਲਿਬਾਸ ਕਿਹਾ ਜਾਂਦਾ ਹੈ ਆਪਣੀ ਜ਼ਬਾਨ ਦੇ ਵਿੱਚ। ਇਹ ਧੁੰਨੀ ਤੋਂ ਲੈ ਕੇ ਅਤੇ ਜਨਾਬੇ ਵਾਲੀ ਇਹ ਧੁੰਨੀ, ਮਾਸ਼ਾਅੱਲਾ ਧੁੰਨੀ ਤੋਂ ਲੈ ਕੇ ਪੂਰੀ ਸਾਰ ਤਿੱਕਰ ਜਿਹੜਾ ਨਾ ਛੱਡਾ ਬਰੀਕੀਆਂ ਦੇ ਵਿੱਚ ਝੋਟੀ ਜਨਾਬ, ਪੂਰੀਆਂ ਬਰੀਕੀਆਂ ਦੇ ਵਿੱਚ। ਅਤੇ ਇਹਦੀ ਹੁਣ ਜਿਹੜੀ ਨਾ ਚੁਆਈ ਵੀ ਤੁਹਾਨੂੰ ਵਹਾਵਾਂਗੇ, ਥੋੜ੍ਹਾ ਜਿਹਾ ਕੈਮਰੇ ਤੋਂ ਡਰਦੀ ਪਈ ਹੈ। ਅਤੇ ਕਿਉਂਕਿ ਮਾਸ਼ਾਅੱਲਾ ਝੋਟੀ ਬੜੀ ਲਾਜਵਾਬ ਹੈ ਬਰੀਕੀਆਂ ਦੇ ਵਿੱਚ, ਪੂਰੀਆਂ 'ਚ ਸਹੀ ਕਰ ਖੜੀ ਕਰ ਲਓ, ਮੇਰੇ ਕੋਲ ਥੋੜ੍ਹਾ ਡਰਦੀ ਹੈ। ਬਰੀਕ ਚਮੜੀ, ਬਰੀਕ ਬਿਲਕੁਲ। ਅਤੇ ਅਲ ਇੱਧਰ ਆ ਬੇਟਾ ਤੂੰ ਹਾਂ ਪਿੱਛੋਂ ਜਾ ਕੇ, ਆਸਤਾ ਆਸਤਾ ਸਕੂਨ ਨਾਲ ਡਰਦੀ ਮੱਝ ਨਾ, ਫਿਰ ਪਿੱਛੇ ਕਰਾ ਜਾ ਬੈਕ ਸਾਈਡ 'ਤੇ। ਸ਼ਬਾਦ ਨਾਲ ਖੜਾ ਹੋ ਕੇ ਥੋੜ੍ਹਾ ਹਾਂ ਪਿੱਛੋਂ ਪਿੱਛੋਂ ਬਸ ਚੀਕ ਮੈਂ ਤਾਂ ਖੜਾ ਦਾ ਬੋਲੀ ਜਾ। ਬਰੀਕ ਉਹਨਾਂ ਦੱਸੋ, ਬਰੀਕ ਚਮੜੀ ਪੂਛਲ ਹੈ ਜੇ ਧਾਗਾ ਹੁੰਦਾ ਪੁੱਤਰ, ਪਿੱਛੇ ਹੋ ਕੇ ਬ੍ਰੇਕ ਲਾ ਲੈ, ਪਿੱਛੇ ਉੱਪਰ ਵਾਲੇ ਨੱਪਿਆ ਚੱਲ ਪੀ। ਅੱਛਾ ਜੀ, ਮਾਸ਼ਾਅੱਲਾ ਜੀ ਅਵਾਨ ਸਾਹਿਬ ਨੇ ਵੇਖੋ ਆ ਗਏ ਨੇ ਲਾਗੇ, ਅਤੇ ਕਹਿੰਦੇ ਨੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਵੇਖੋ ਬੜਾ ਸੋਹਣਾ ਲਿਬਾਸ ਹੈ। ਅਤੇ ਮੱਝ ਵੀ ਜਿਹੜੀ ਹੈ ਨਾ ਵੇਖਣ ਹੀ ਮੰਗਦੀ, ਬਿਸਮਿੱਲਾ ਬਿਸਮਿੱਲਾ, ਥੋੜ੍ਹਾ ਜਿਹਾ ਕੈਮਰੇ ਪਾਰੋ, ਥੋੜ੍ਹਾ ਜਿਹਾ ਘਾਬਰਦੀ ਪਈ ਹੈ। ਅਤੇ ਆਜੀ ਸਾਹਿਬ ਆ ਗਏ ਨੇ, ਖੁਦ ਚੁਆਈ ਕਰਨ ਲੱਗੇ ਨੇ, ਜੋ ਕੁਛ ਵੀ ਹੋਏਗਾ ਤੁਹਾਡੇ ਅੱਖਾਂ ਦੇ ਸਾਹਮਣੇ ਹੋਏਗਾ। ਲਓ ਜੀ ਕੈਮਰਾਮੈਨ ਸਾਹਿਬ ਪਿੱਛੋਂ ਦੀ ਜਾ ਕੇ ਵਹਾਓ, ਖੜੇ ਹੋ ਜਾਓ, ਮੈਂ ਬੋਲੀ ਜਾਂਦਾ। ਅੱਛਾ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਚਾਚੀ ਹੋਰੀ ਕਹਿੰਦੇ ਨੇ ਮੱਝ ਕੋਲ 20 ਲੀਟਰ ਦੁੱਧ ਹੈ, ਠੀਕ ਹੈ ਕਿ ਨਹੀਂ? ਕੈਮਰੇ ਤੋਂ ਥੋੜ੍ਹਾ ਜਿਹਾ ਘਾਬਰਦੀ, ਮੈਂ ਦੂਰ ਹੋ ਕੇ ਬੋਲੀ ਜਾਂਦਾ। ਬਰੀਕ ਚਮੜੀ ਜਿਹੜੀ ਆਪਣੀ ਪੂਛਲ ਹੈ ਉਹ ਵੀ ਇੰਜ ਜਿਵੇਂ ਧਾਗਾ ਹੀ ਹੁੰਦਾ, ਪੂਰੇ ਬੰਦੇ ਦੇ ਸਿਰ ਦੀ ਉੱਚੀ ਝੋਲੀ ਹੈ। ਉੱਧਰ ਕੈਮਰਾਮੈਨ ਸਾਹਿਬ ਡਰਦੀ, ਇੱਥੇ ਨਾਲ ਬਹਿ ਜਾਓ, ਰੂੜੀ 'ਤੇ ਬਹਿ ਜਾਓ, ਬਹਿ ਜਾਓ, ਇੱਥੇ ਬੈਠ ਜਾਓ। ਬ੍ਰੇਕ ਲਓ, ਜਦੋਂ ਤੂੰ ਸ਼ੁਰੂ ਕੀਤੀ ਉਦੋਂ ਸ਼ੁਰੂ ਕਰਾਇਆ, ਬ੍ਰੇਕ ਪਾਣੀ ਹੋਏ, ਚੱਲ ਵਹਾ, ਚਲੋ ਨਾੜ ਕੋਈ ਗਿਲਤੀ ਕੋਈ ਇਨਸ਼ਾਅੱਲਾ ਤਾਲਾ ਮਾਰ ਲੈਂਦੀ ਹੈ। ਦੋ ਬੰਦੇ ਚੋਣ ਲੱਗ ਪਏ ਨੇ, ਥੋੜ੍ਹਾ ਜਿਹਾ ਨਾ ਮੱਝ ਘਾਬਰਦੀ ਝੇਲੂ ਮੱਝ ਕੈਮਰੇ ਤੋਂ ਘਾਬਰਦੀ ਪਈ ਹੈ। ਅਸੀਂ ਵੀ ਬਾਹਰ ਤੁਰਦੇ ਫਿਰਦੇ ਰਹਿੰਦੇ ਹਾਂ ਵੀ ਬੰਦੇ ਸਾਹਿਬ ਮੇਰੇ ਵੀ ਸਾਰੀਆਂ ਮੱਝਾਂ ਕੋਲ ਜਨਾਬ ਵੀ ਸਿਰ ਦੁੱਧ, ਅਸੀਂ ਆਉਂਦੇ ਹਾਂ ਤਾਂ ਚਿੱਟਾ ਹੀ ਕੂੜ ਹੈ ਜੀ ਕੂੜ, ਕਿਉਂਕਿ ਜਿਹੜੀ ਗਾਂ ਹੈ ਉਹ 20 ਲੀਟਰ 22 ਲੀਟਰ ਦੁੱਧ ਕਰ ਜਾਂਦੀ ਹੈ।
ਮੱਝਾਂ ਦੀ ਨਹੀਂ ਗੱਲ ਮੰਨਣ ਚਾਹੀਦੀ, ਕੋਈ 100 ਦੇ ਵਿੱਚੋਂ ਕੋਈ ਇੱਕ ਮੱਝ ਹੋਵੇਗੀ ਜਿਹੜੀ ਦੁੱਧ 20 ਲੀਟਰ ਕਰੇਗੀ, 100 ਦੇ ਵਿੱਚੋਂ ਮੈਂ ਤਾਂ ਹਜ਼ਾਰਾਂ ਚੋਂ ਕਹਾਂਗਾ ਕਿ ਇੱਕ ਮੱਝ, ਕਿਉਂਕਿ ਸਾਡੀ ਕਿੰਨੀ ਉਮਰ ਹੋ ਗਈ, ਅਸੀਂ ਮੱਝਾਂ ਰੱਖੀਆਂ ਨੇ, ਜਿਹੜੀ ਮੱਝ ਜਿਹੜੀ ਹੈ ਨਾ 10 ਸਿਰ ਦੁੱਧ ਦੇ ਦਿੰਦੀ, ਅਸੀਂ ਬੜੀ ਫੰਨੇ ਖਾਂ ਗਿਣਦੇ ਹਾਂ ਜੀ ਮੱਝ 10 ਸਿਰ ਦੁੱਧ ਦੇਣ ਵਾਲੀ, ਅਤੇ ਭਾਈ ਸਾਹਿਬ ਤੁਹਾਡਾ ਮਾਸ਼ਾਅੱਲਾ ਇਹ ਕਹਿਣਾ ਕਿ ਜੀ ਮੇਰੀ ਮੱਝ 20 ਲੀਟਰ ਦੁੱਧ ਦਿੰਦੀ ਹੈ, ਅਤੇ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਬਾਕੀ ਕਿਸੇ ਮੇਰੇ ਭਰਾ ਦੇ ਪਸੰਦ ਆ ਜਾਵੇ ਅੱਡਾ ਗੈਂਬਰ, ਇਹਨਾਂ ਦਾ ਫੋਨ ਨੰਬਰ ਵੀ ਦਿਆਂਗੇ, ਇੱਥੇ ਆ ਕੇ ਆਪਦਾ ਤਸੱਲੀਆਂ ਕਰਕੇ ਲਿਜਾ ਸਕਦਾ, ਠੀਕ ਹੈ ਕਿ ਨਹੀਂ ਭਾਈ ਸਾਹਿਬ? ਇਵੇਂ ਗੱਲ ਹੈ, ਬਿਲਕੁਲ ਜੀ ਇਨਸ਼ਾਅੱਲਾ, ਹਾਂਜੀ ਅੱਲਾ ਦੇ ਹੁਕਮ ਨਾਲ ਸ਼ਾਮੇ ਜੁਈ ਰਹੀ, ਹਾਂਜੀ ਕੋਈ ਦੋ ਨੰਬਰ ਹੀ ਨਹੀਂ ਹੋਏਗੀ। ਤੁਹਾਡੀ ਜਿਹੜੀ ਜ਼ਬਾਨ ਹੈ ਉਹਦੇ ਤੇ ਹਰ ਬੰਦੇ ਨੇ ਯਕੀਨ ਕਰਨਾ ਇਨਸ਼ਾਅੱਲਾ ਤਾਲਾ। ਵੇਖੋ ਜੀ ਮੁਸਲਮਾਨ ਦੀ ਜ਼ਬਾਨ ਹੀ ਹੁੰਦੀ ਹੈ, ਨੇਕ ਮਹੀਨਾ ਰਮਜ਼ਾਨ ਦਾ, ਅੱਲਾ ਪਾਸ ਫਿਰ ਅਸੀਂ ਕਾਹਦੇ ਲਈ ਝੂਠ ਮਾਰਨਾ, ਸਾਨੂੰ ਤੇ ਸਾਡਾ ਚੈਨਲ ਚੱਲੇ, ਹਰ ਬੰਦਾ ਸਾਨੂੰ ਪਸੰਦ ਕਰੇ, ਅਗਰ ਇਹ ਜਾ ਤੋਹਫਾ ਕਿਸੇ ਭਰਾ ਕੋਲੇ ਜਾਵੇ ਤਾਂ ਕਹੋ ਯਾਰ ਵਾਕਈ ਅਸੀਂ ਚੈਨਲ ਤੋਂ ਲਿਆ। ਹੈਲੋ ਨਾ ਆਈ ਸਾਹਿਬ, ਸਵੇਰ ਕਿੰਨੇ ਵਜੇ ਚੋਈ ਸੀ? ਸਵੇਰ ਚੋਈ ਸੀ ਨਮਾਜ਼ ਪੜ੍ਹਨ ਤੋਂ ਬਾਅਦ 6 ਘੰਟਾ, 5:30 ਵਹਾ ਪੁੱਤਰ ਬਾਲਟੀ ਵਹਾ ਪੁੱਤਰ ਮਾਸ਼ਾਅੱਲਾ ਜੀ ਮਾਸ਼ਾਅੱਲਾ, ਉਹ ਪਿੱਛੇ ਹੋ ਜਵਾ ਵੇਖ ਲਓ, ਸਾਰੇ ਬੱਚੇ ਵੀ ਵਿੱਚ ਆ ਰਹੇ ਨੇ ਤੇ ਜਿਹੜਾ ਨਾ ਮੱਝ ਨੂੰ ਮਾਸ਼ਾਅੱਲਾ। ਅੱਛਾ ਭਾਈ ਜਾਨ ਇਹ ਗੱਲ ਕੋਈ ਹੈਗੀ ਵੀ ਕੋਈ ਮੇਰਾ ਭਰਾ ਸਵੇ ਪਤਾ ਵੀ ਤੂੰ ਅਠਾਰਾ ਲੱਗਿਆ ਮਾਝ ਨੂੰ ਸਾਰੀ ਕਰਕੇ ਮਾਸ਼ਾਅੱਲਾ ਤੇ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਜਿਹੜੀ ਵੀ ਗੱਲ ਹੋਏਗੀ ਅੱਜ ਸੱਚ ਦੀ ਹੋਏਗੀ। ਅਗਰ ਮੇਰੇ ਕਿਸੇ ਭਰਾ ਦੇ ਪਸੰਦ ਆਉਂਦੀ ਅਸੀਂ ਹਾਜੀ ਸਾਹਿਬ ਹੋਰਾਂ ਦਾ ਹੀ ਨੰਬਰ ਦੇਣਾ ਹੈ, ਉਹਨਾਂ ਨਾਲ ਤੁਸੀਂ ਰਾਬਤਾ ਕਰਨਾ ਹੈ। ਇਹਨਾਂ ਕੋਲ ਦੋ ਜਾਨਵਰ ਹੋਰ ਨੇ, ਪਹਿਲਣ ਦੂਸਰਾ ਵਾਰਾ ਵੈੜਸ ਹੁੰਦੀ ਹੈ ਜਰਸੀ ਅਤੇ ਸਾਹੀਵਾਲ ਗ੍ਰਾਸ 'ਚ, ਇੱਕ ਮੱਝ ਹੋਰ ਗੱਭਣ ਹੈ। ਵੇਖੋ ਜੀ ਐਵੇਂ ਗੱਲਾਂ ਬਾਤਾਂ ਨਾਲ ਬੰਦਾ ਗੱਲਾਂ ਕੀਤੀਆਂ, ਉਹਨਾਂ ਨੇ ਦੱਸਿਆ ਵੀ ਉਹਦਾ 15 ਲੀਟਰ 14 ਲੀਟਰ ਦੁੱਧ ਹੈਗਾ ਉਸ ਮੱਝ ਦਾ। ਆਈ ਸਾਹਿਬ ਇਵੇਂ ਨਾ ਪਰਲੀ ਜਿਹੜੀ ਗੱਭਣ ਹੈ ਗੱਭਣ ਨਹੀਂ ਇੱਥੇ ਚੋਈ ਬਾਈ, ਉਹ ਨਹੀਂ ਚੋਈ ਨਜ਼ਾਰੇ ਕਰਾਉਂਦੀ ਹੈ, ਜਿੰਨਾ ਕੁ ਪਾਈ ਜਾਏਗਾ ਓਨਾ ਹੀ ਦੁੱਧ ਲਈ ਜਾਏਗਾ। ਕੈਮਰਾਮੈਨ ਸਾਹਿਬ ਵਹਾਓ ਆਈ ਸਾਹਿਬ ਨੂੰ ਪਰਾ ਵਹਾਓ, ਮੱਝ ਦੇ ਲਾਗੇ ਗਿਆ ਇਹ ਮੱਝ ਗੱਭਣ ਇਹਨਾਂ ਕੋਲੇ, ਇੱਥੇ ਬੈਠੇ ਰਹੋ ਮੱਝ ਤੋਂ ਨਹੀਂ ਪਰਾ ਹੋਣਾ, ਬਾੜੀ ਚਮੜੀ ਵੀ ਹੈ ਬਿਲਕੁਲ ਬੜੀ ਨਜ਼ਾਰਾ ਆ ਰਿਹਾ ਜਿਹੜਾ ਬੰਦਾ ਚੋ ਵੀ ਰਿਹਾ ਪੋਲਾ ਚਵਾ ਉਂਗਲ ਤਰ੍ਹਾਂ ਮੋਟੀਆਂ ਤਾਰਾਂ, ਤੇ ਇਹ ਜਾਨਵਰ ਜਿਹੜਾ ਨਾ ਨਸੀਬਾਂ ਨਾਲ ਹੀ ਲੱਭਦਾ,
ਤੇ ਇਹ ਸਾਡੀ ਦਾਵਤ ਹੈ। ਜਿਹੜਾ ਮੇਰਾ ਕੋਈ ਭਰਾ ਲੈਣਾ ਚਾਹੁੰਦਾ ਇਨਸ਼ਾਅੱਲਾ ਤਾਲਾ ਇੱਥੇ ਆ ਜਾਵੇ, ਆ ਕੇ 4 ਦਿਨ ਰਵੇ ਸਾਡੇ ਕੋਲ, 2 ਦਿਨ ਰਵੇ, ਚੂਵੇ, ਆਪਦੀਆਂ ਤਸੱਲੀਆਂ ਕਰੇ, ਮਾਲਕਾਂ ਨਾਲ ਇਹਦਾ ਰੇਟ ਡਨ ਕਰੇ ਅਤੇ ਲੈ ਜਾਵੇ। ਅਸੀਂ ਰੇਟ ਇਹਦਾ ਖੋਲ੍ਹਦੇ ਹੀ ਨਹੀਂ ਹੈਗੇ, ਮਾਲਕ ਆਪੇ ਤੁਹਾਡੇ ਨਾਲ ਫੋਨ 'ਤੇ ਕਰ ਲੈਣਗੇ ਇਨਸ਼ਾਅੱਲਾ। ਵੇਖੋ ਜਿਹੜੀ ਮੱਝ 20 ਲੀਟਰ ਦੁੱਧ ਦਿੰਦੀ ਤਾਂ ਫਿਰ ਉਹਦੇ ਯਾਰ ਰੁਪਈਏ ਵੀ ਤਾਂ ਹੋਣੇ ਚਾਹੀਦੇ ਨੇ ਹੈ। ਜਿਹੜੀਆਂ 10-10 ਲੀਟਰ ਦੁੱਧ ਦਿੱਤੀ ਜਾਂਦੀਆਂ ਨੇ ਉਹਨਾਂ, ਉਹ ਬੰਦੇ 3-3 ਲੱਖ ਦੀਆਂ ਵੇਚੀ ਜਾਂਦੇ ਨੇ। ਅਤੇ ਇਹ ਫਿਰ ਮੱਝ ਏ ਮਾਸ਼ਾਅੱਲਾ ਜੀ। ਵੇਖੋ 2 ਬਾਲਟੇ ਪੂਰੇ 8-8 ਸਿਰ ਦੇ ਬਾਲਟੇ ਨੇ ਜਿਹੜੇ ਕੱਢੇ ਨੇ, ਟਾਈਮ ਤੋਂ ਟਾਈਮ ਚ ਵਿਜੀ ਹੈ ਮੱਝ, ਕੋਈ ਇਹਨਾਂ ਨਾਲ ਨਹੀਂ ਹੈਗਾ। ਮੈਂ ਅਚਾਨਕ ਆ ਗਿਆ, ਮੈਂ ਕਿਹਾ ਤੁਸੀਂ ਚਲਾਓ ਨਾਲ ਵੀਡੀਓ ਲਾਓ ਛੋਟੇ ਵੇਖੋ ਜੀ ਮਾਸ਼ਾਅੱਲਾ ਬੱਚੇ ਨੂੰ ਵੀ ਦੁੱਧ ਛੱਡਿਆ ਤੇ ਇਹ ਜਿਹੜਾ ਨਾ 11 ਸੇਰ ਦਾ ਦੁੱਧ ਹੈ ਤੇ ਬਕਾਇਆ ਇਹ 13 ਸੇਰ ਦਾ ਠੰਡਾ ਹੈਗਾ। ਹਾਂਜੀ ਤੇ ਜੱਗ ਸਮੇਤ ਹੁਣ ਤੁਹਾਡੇ ਸਾਹਮਣੇ ਹੀ ਹੈ। ਹਾਂਜੀ ਹਾਂਜੀ 13 ਸੇਰ ਦਾ ਦੁੱਧ ਹੈ। ਹਾਂਜੀ ਠੰਡਾ ਦੁੱਧ ਹੈ। ਹਾਂਜੀ ਹਾਂਜੀ ਮਾਸ਼ਾਅੱਲਾ ਸਾਡੇ ਘਰ ਦਾ ਸਾਨੂੰ ਪਤਾ ਹੈਗਾ। ਹਾਂਜੀ ਹਾਂਜੀ ਕਿਉਂ ਨਹੀਂ ਜੀ ਤੁਹਾਨੂੰ ਪਤਾ, ਅਸੀਂ ਇਹਨੂੰ 13 ਸੇਰ ਨਹੀਂ ਕਹਿੰਦੇ, ਤੁਸੀਂ ਬਾਈ 9 ਸੇਰ ਕਰ ਲਓ। 9 ਸੇਰ ਕਰ ਲਓ, ਸਹੀ ਬਾਤ ਹੈ, ਕਿਉਂ ਨਹੀਂ 4 ਸੇਰ ਘਟਾ ਲਓ ਜੱਗ ਦਾ। ਹਾਂਜੀ ਜੱਗ ਦਾ 4 ਸੇਰ ਕੱਢ ਲਓ, ਉਹ ਕੱਟਾ 20 ਕਿਲੋ ਪੀਏਗਾ। ਥਣਾ ਦੇ ਵਿੱਚ ਵੀ ਦੁੱਧ ਹੈਗਾ ਮਾਸ਼ਾਅੱਲਾ, 20 ਕਿਲੋ ਤੋਂ ਉੱਤੇ ਹੈਗਾ ਲੇਕਿਨ 20 ਕਿਲੋਗ੍ਰਾਮ। ਇੱਧਰ 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 ਭਾਈ ਬਾਦੁਰਾਂ ਦੀ ਗੱਲ। ਅੱਛਾ ਭਾਈ ਸ਼ਬਾਦ ਤੁਸੀਂ ਕੀ ਗੱਲ ਕਰਦੇ ਦੱਸੋ? ਦੁੱਧ 20 ਕਿਲੋ ਤੋਂ ਉੱਤੇ ਹੈਗਾ ਲੇਕਿਨ ਅਸੀਂ 20 ਕਿਲੋ ਬਣਾਵਾਂਗੇ ਟੋਟਲ। ਹਾਂਜੀ ਠੀਕ ਹੈ ਨਾ। ਹਾਂਜੀ ਬੰਦਾ ਗੱਲ ਉਹ ਕਰੇ ਜਿਹੜਾ ਅੱਧਾ ਕਿਲੋ ਵਧੇ। ਵੇਖੋ ਜੀ ਕਹਿੰਦੇ ਨੇ ਗੱਲ ਉਹ ਕਰੇ ਕੋਈ ਅੱਧਾ ਕਿਲੋ ਵਧੇ, ਇਨਸ਼ਾਅੱਲਾ ਤਾਲਾ 20 ਲੀਟਰ ਬਣਾਵਾਂਗੇ 2 ਦਿਨ ਦੇ ਨਾਲ ਵੀ ਜ਼ਿਆਦਾ ਹੈ। ਅਤੇ ਜਾਨਵਰ ਵੇਖ ਲਓ ਤੁਹਾਡੇ ਸਾਹਮਣੇ, ਇਸ ਨਾਲ ਹੀ ਜਿਹੜੀ ਨਾ ਉਕਾੜਾ ਐਨੀਮਲ ਟੀਵੀ ਦੀ ਟੀਮ ਨੂੰ ਇਜਾਜ਼ਤ ਦਿਓ ਭਾਈਆਂ ਨੂੰ, ਆਪਣਾ ਨੰਬਰ ਦੱਸੋ ਜ਼ੋਰ ਨਾਲ ਥੋੜ੍ਹਾ ਬੋਲ। 0345-0-31-31-00, 0307-972-974 ਨੰਬਰ ਸਹੀ ਤਰ੍ਹਾਂ ਦੱਸੋ। 0307-097-49-72 ਹਾਂਜੀ ਹੁਣ ਜਨਾਬ ਸਾਡਾ ਵੀ ਨੰਬਰ ਲੈ ਲਓ 0314-3976-252 0314-3976-252 ਇਹ ਵਟਸਐਪ ਨੰਬਰ, ਇਹੀ ਲੋਕਲ ਨੰਬਰ ਹੈ। ਸਾਨੂੰ ਤਾਂ ਇਹੀ ਖੁਸ਼ੀ ਹੈ ਕਿ ਜਨਾਬ ਜਿਹੜਾ ਕੋਈ ਸਾਡਾ ਭਰਾ ਲਵੇ ਤਾਂ ਸਾਨੂੰ ਕਵੇ ਵਾਕਿਆ ਯਾਰ ਮੱਝ ਲੈ ਕੇ ਦਿੱਤੀ ਹੈ। ਮੱਝ ਦੇ ਮਾਸ਼ਾਅੱਲਾ ਦਰਸ਼ਨ ਕਰੋ, ਪੂਰੇ ਬੇੜੇ ਜਿੱਡੀ ਮੱਝ ਹੈ, ਬਰੀਕ ਚਮੜੀ 'ਚ, ਤਰੀਫਾਂ ਜਿੰਨੀਆਂ ਮਰਜ਼ੀ ਕੀਤੀ ਹੈ, ਤਰੀਫ ਤਾਂ ਅੱਲਾ ਪਾਕ ਦੀ ਜਿੰਨੇ ਐਸੇ ਜਾਨਵਰ ਬਣਾਏ ਨੇ। ਚਾਚਾ ਜੀ ਠੀਕ ਹੈ, ਇਹਦੇ ਨਾਲ ਇਜਾਜ਼ਤ ਦਿਓ, ਇਨਸ਼ਾਅੱਲਾ ਤਾਲਾ ਤੁਹਾਡਾ ਨੰਬਰ ਦਿੱਤਾ, ਕਿਸੇ ਨੂੰ ਰਾਬਤਾ ਕਰਨਾ ਹੈ ਤਾਂ ਖੁਦ ਹੀ ਕਰ ਲੈਣਗੇ। ਅੱਲਾ ਹਾਫਿਜ਼।